ਹੈਲੋ ਵੈਲਕਮ ਟੂ ਮਾਈ ਚੈਨਲ ਮੈਂ ਹਿੰਦੀ ਬੱਚੇ ਜਿਵੇਂ ਤੁਸੀਂ ਜਾਣਦੇ ਹੋ ਆਪਣੀ ਪੰਜਾਬ ਦੀ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ ਐਮਸੀਕਿਊਜ਼ ਜੋ ਕਿ ਅਲੱਗ-ਅਲੱਗ ਐਗਜ਼ਾਮਸ ਦੇ ਵਿੱਚ ਪੁੱਛੇ ਜਾ ਚੁੱਕੇ ਹੈ ਚਾਹੇ ਉਹ ਪਟਵਾਰੀ ਦਾ ਹੋਵੇ ਚਾਹੇ ਪੀਪੀਐਸਸੀ ਦਾ ਹੋਵੇ ਪੰਜਾਬ ਪੁਲਿਸ ਦਾ ਹੋਵੇ ਹੋ ਗਿਆ ਐਗਜ਼ਾਮ ਟੈਟ ਦਾ ਹੋ ਗਿਆ ਫੂਡ ਇਨਸਪੈਕਟਰ ਦਾ ਹੋ ਗਿਆ ਠੀਕ ਹੈ ਹੋਰ ਵੀ ਪੰਜਾਬ ਦੇ ਜਿੰਨੇ ਵੀ ਪੇਪਰ ਹੈ ਉਹਨਾਂ ਵਿੱਚ ਅਲੱਗ-ਅਲੱਗ ਪੇਪਰਾਂ ਦੇ ਵਿੱਚ ਪੁੱਛੇ ਗਏ ਕੁਐਸਚਨਸ ਆਪਾਂ ਸੀਰੀਜ਼ ਕਰ ਰਹੇ ਹਾਂ ਟੌਪਿਕ ਵਾਈਜ਼ ਕਰ ਰਹੇ ਹਾਂ ਸਾਰਾ ਕੁਝ ਠੀਕ ਹੈ ਤੇ ਆਉਣ ਵਾਲੇ ਜਿੰਨੇ ਵੀ ਪੰਜਾਬ ਦੇ ਐਗਜ਼ਾਮਸ ਆਨੇ ਆ ਉਹਨਾਂ ਸਾਰਿਆਂ ਲਈ ਇਹ ਸੀਰੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਦੋ ਪਾਰਟਸ ਆਲਰੇਡੀ ਡਿਸਕਸ ਹੋ ਚੁੱਕੇ ਐ ਅੱਜ ਆਪਾਂ ਥਰਡ ਪਾਰਟ ਡਿਸਕਸ ਕਰਾਂਗੇ ਜਿਹੜਾ ਫਰਸਟ ਪਾਰਟ ਸੀ ਉਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਪੰਜਾਬ ਨੂੰ ਅਲੱਗ-ਅਲੱਗ ਟਾਈਮ ਦੇ ਵਿੱਚ ਕੀ ਬੋਲਿਆ ਜਾਂਦਾ ਸੀ ਪੰਜਾਬ ਦਾ ਨਾਮ ਪੰਜਾਬ ਕਿਉਂ ਹੈ ਰਿਵਰਸ ਦੇ ਬਾਰੇ ਦੇ ਕੈਸੀ ਰਿਵਰਸ ਦੇ ਨੇਮਸ ਦੇਖੇ ਸੀ ਓਕੇ ਸੈਕਿੰਡ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਜਿਹੜਾ ਪੰਜਾਬ ਹੈ ਠੀਕੇ ਕਿਲ ਆਪਾਂ ਨੇ ਫਰਸਟ ਵੀਡੀਓ ਚ ਦੇਖਿਆ ਕਿ ਪੰਜਾਬ ਨੂੰ ਅਲੱਗ-ਅਲੱਗ ਬੋਲਦੇ ਸੀ ਅਲੱਗ-ਅਲੱਗ ਟਾਈਮ ਦੇ ਵਿੱਚ ਅਲੱਗ-ਅਲੱਗ ਨੇਮ ਸੀ ਪੰਜਾਬ ਦਾ ਸੈਕੰਡ ਵੀਡੀਓ ਦੇ ਵਿੱਚ ਆਪਾਂ ਨੇ ਉਹਦਾ ਰੀਜ਼ਨ ਦੇਖਿਆ ਕਿ ਕਿਉਂ ਬੋਲਦੇ ਸੀ ਵਿਦ ਦੀ ਹੈਲਪ ਆਫ ਐਮਸੀਕਿਊਸ ਤੇ ਮੈਂ ਤੁਹਾਨੂੰ ਮੈਪ ਦੇ ਨਾਲ ਕਾਫੀ ਚੀਜ਼ਾਂ ਸਮਝਾਈਆਂ ਸੀ ਫਿਰ ਆਪਾਂ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਪੰਜਾਬ ਤੋਂ ਆਪਣਾ ਪ੍ਰੈਜ਼ੈਂਟ ਪੰਜਾਬ ਬਣਿਆ ਹਰਿਆਣਾ ਬਣਿਆ ਤੇ ਹਿਮਾਚਲ ਬਣਿਆ ਓਕੇ ਸੋ ਜਿਹੜਾ ਅੱਜ ਦਾ ਲੈਕਚਰ ਹੈ ਉਹਦੇ ਵਿੱਚ ਆਪਾਂ ਬੇਸਿਕਲੀ ਕੁਝ ਬੇਸਿਕਸ ਡਿਸਕਸ ਕਰਾਂਗੇ ਪੰਜਾਬ ਦੇ ਬਾਰੇ ਫਾਰ ਇਗਜ਼ਾਮਪਲ ਸਟੇਟ ਬਰਡ ਕੌਨ ਐਸ ਸਟੇਟ ਟ੍ਰੀ ਕਿਹੜਾ ਉਤੋਂ ਬਾਅਦ ਪੰਜਾਬ ਹੈ ਜਿਹੜਾ ਉਹਦੇ ਬਾਰੇ ਜਿੰਨੀ ਵੀ ਬੇਸਿਕ ਬੇਸਿਕ ਚੀਜ਼ਾਂ ਹੈ ਵੀ ਕਿਹੜੀ ਐਸੀ ਸਟੇਟ ਹੈ ਜਿਹਦੇ ਨਾਲ ਬਾਉਂਡਰੀ ਟੱਚ ਹੁੰਦੀ ਹੈ ਮੀਨਸ ਛੋਟੀ ਮੋਟੀ ਡਿਟੇਲ ਸਾਰੀਆਂ ਪੰਜਾਬ ਦੇ ਆ ਜ ਆਪਾਂ ਦੇਖਾਂਗੇ ਸੋ ਅੱਜ ਦਾ ਲੈਕਚਰ ਸਟਾਰਟ ਕਰਦੇ ਆ ਇੱਕ ਹੋਰ ਗੱਲ ਆਪਣੇ ਨਾਲ ਕਾਪੀ ਪੈਨ ਜ਼ਰੂਰ ਰੱਖਿਆ ਕਰੋ ਬਿਕਾਜ਼ ਜੋ ਵੀ ਮੈਂ ਚੀਜ਼ਾਂ ਤੁਹਾਨੂੰ ਨਾਲ-ਨਾਲ ਦੱਸਦੀਆਂ ਉਹ ਬਹੁਤ ਇੰਪੋਰਟੈਂਟ ਨੇ ਓਕੇ ਸੋ ਆਪਣੇ ਨੋਟਸ ਤਿਆਰ ਕਰੇ ਜਾਓ ਨਾਲ-ਨਾਲ ਤਾਂ ਕਿ ਬਾਅਦ ਚ ਮੱਥਾ ਖਪਾਈ ਨਾ ਕਰਨੀ ਪਾਏ ਸਭ ਤੋਂ ਪਹਿਲਾ ਕੁਐਸਚਨ ਹੈ ਪੰਜਾਬ ਹੈ ਜਿਹੜੀ ਸਟੇਟ ਉਹ ਕ੍ਰੀਏਟ ਕਦੋਂ ਹੋਈ ਸੀ ਇਹ ਮੈਂ 2 3 ਵਾਰ ਦੱਸ ਚੁੱਕੀ ਆ ਤਾਂ ਤੁਹਾਨੂੰ ਸਾਰ ਯਾਦ ਹੋ ਜਾਣਾ ਚਾਹੀਦਾ ਹੈ 1 ਨਵੰਬਰ 1966 ਓਕੇ ਨੈਕਸਟ ਕੁਐਸਚਨ ਦੇਖਦੇ ਹਾਂ ਕਿ ਜਿਹੜਾ ਸ਼ੇਪ ਆਫ ਪੰਜਾਬ ਹੈ ਆਪਣੇ ਪੰਜਾਬ ਦਾ ਜਿਹੜਾ ਮੈਪ ਆ ਉਹਦੀ ਸ਼ੇਪ ਕਿਹੜੀ ਜੀਓਮੈਟ੍ਰਿਕ ਫਿਗਰ ਦੇ ਨਾਲ ਮਿਲਦੀ ਹੈ ਸੋ ਇਹ ਕਿਹੜੀ ਦਿਖ ਰਹੀ ਹੈ ਆਪਣੇ ਕੋਲ ਟ੍ਰਾਇੰਗਲ ਨੂੰ ਸੋ ਅਨਸਰ ਕੀ ਹੋਊਗਾ ਡੀ ਥੈਟ ਇਜ਼ ਟ੍ਰਾਇੰਗਲ ਓਕੇ ਨੈਕਸਟ ਪੰਜਾਬ ਦਾ ਇੰਟਰਨੈਸ਼ਨਲ ਬਾਉਂਡਰੀ ਕਿੰਨੀ ਕੰਟਰੀਜ਼ ਦੇ ਨਾਲ ਹੈ ਇੰਟਰਨੈਸ਼ਨਲ ਬਾਉਂਡਰੀ ਮੀਨਸ ਹੁਣ ਆਪਾਂ ਨੂੰ ਪਤਾ ਪੰਜਾਬ ਇੰਡੀਆ ਦਾ ਪਾਰਟ ਹੈ ਤਾਂ ਪੰਜਾਬ ਦੀ ਜਿਹੜੀ ਬਾਉਂਡਰੀ ਆ ਉਹ ਕਿਸੇ ਹੋਰ ਕੰਟਰੀ ਦੇ ਨਾਲ ਲੱਗਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਇੰਟਰਨੈਸ਼ਨਲ ਬਾਉਂਡਰੀ ਓਕੇ ਸੋ ਅਗਰ ਆਪਾਂ ਮੈਪ ਦੇਖੀਏ ਜਿਵੇਂ ਆ ਵਾਲਾ ਮੈਪ ਦੇਖਦੇ ਆ ਜਿਹੜਾ ਪੰਜਾਬ ਹੈ ਹੁਣ ਦੇਖੋ ਆ ਪਾਕਿਸਤਾਨ ਹੈ ਆ ਅਫਗਾਨਿਸਤਾਨ ਹੈ ਇੱਥੇ ਹੋ ਗਿਆ ਆਪਣਾ ਚਾਈਨਾ ਓਕੇ ਸੋ ਹੋ ਗਿਆ ਆਪਣਾ ਨੇਪਾਲ ਹੋ ਗਿਆ ਭੂਟਾਨ ਸੋ ਨੇ ਪੁੱਛਿਆ ਕਿ ਜਿਹੜਾ ਪੰਜਾਬ ਹੈ ਦੇਖੋ ਪੰਜਾਬ ਸਿਰਫ ਪਾਕਿਸਤਾਨ ਦੇ ਨਾਲ ਲੱਗ ਰਿਹਾ ਸੋ ਇਹ ਵਲੀ ਕੁਐਸਚਨ ਦਾ ਆਨਸਰ ਕੀ ਆਊਗਾ ਕਿ ਪੰਜਾਬ ਦੀ ਜਿਹੜੀ ਇੰਟਰਨੈਸ਼ਨਲ ਬਾਉਂਡਰੀ ਕਿੰਨੀ ਕੰਟਰੀਜ਼ ਦੇ ਨਾਲ ਹੈ 1 ਦੈਟ ਇਜ਼ 1 ਓਕੇ ਸੋ ਸੌਰੀ ਕੁਐਸਚਨ ਇਧਰ ਉਧਰ ਹੋ ਗਿਆ ਜਿਹੜਾ ਪੰਜਾਬ ਹੈ ਉਹਦੀ ਇੰਟਰਨੈਸ਼ਨਲ ਬਾਉਂਡਰੀ ਕਿਹੜੇ ਕੰਟਰੀ ਦੇ ਨਾਲ ਹੈ ਇਹਦਾ ਆਨਸਰ ਆਊਗਾ A ਦੈਟ ਇਜ਼ ਪਾਕਿਸਤਾਨ ਓਕੇ ਸੋ ਨੈਕਸਟ ਕੁਐਸਚਨ ਦੇਖਦੇ ਹਾਂ कि ਜਿਹੜਾ ਆਪਣਾ ਪੰਜਾਬ ਹੈ ਉਹ ਇੰਡੀਅਨ ਸਬਕਾਂਟਿਨੈਂਟ ਦੀ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ ਪਹਿਲਾਂ ਮੈਂ ਰੱਬ ਕਰਦਾ ਤਾਂ ਕਿ ਅੱਛੇ ਤਰੀਕੇ ਨਾਲ ਸਮਝਾ ਸਕਾਂ ਦੇਖੋ ਜਿਹੜਾ ਆਪਣਾ ਪੰਜਾਬ ਹੈ ਹੁਣ ਅਗਰ ਮੈਂ ਦੇਖਾਂ ਇਹ ਨਾਰਥ ਹੋ ਗਿਆ ਇਹ ਹੋ ਗਿਆ ਆਪਣਾ ਸਾਊਥ ਇਧਰ ਹੋ ਗਿਆ ਆਪਣਾ ਈਸਟ ਤੇ ਇਧਰ ਹੋ ਗਿਆ ਆਪਣਾ ਵੈਸਟ ਓਕੇ ਈਸਟ ਤਾਂ ਮੈਂ ਤੁਹਾਨੂੰ ਮੈਪ ਵੀ ਦਿਖਾਇਆ ਸੀ ਜੋ ਆਪਾਂ ਕਰੰਟ ਵੀਡੀਓਜ਼ ਡਿਸਕਸ ਕੀਤੀਆਂ ਸੀ ਦੇਖੋ ਜਿਹੜਾ ਕਰੰਟ ਵਾਲੀ ਮੇਰੀ ਵੀਡੀਓਜ਼ ਹੈ ਨਾ ਉਹ ਹਰ ਇੱਕ ਐਗਜ਼ਾਮ ਦੇ ਲਈ ਹੈ ਮੈਂ ਤੁਹਾਨੂੰ ਸਾਰਾ ਬੇਸਿਕ ਉਸ ਚ ਹਰ ਚੀਜ਼ ਕਰਵਾਈ ਹੋਈ ਹੈ ਕਵਰ ਤੁਹਾਨੂੰ ਕਿਤੇ ਵੀ ਪੜ੍ਹਨ ਦੀ ਜ਼ਰੂਰਤ ਨਹੀਂ ਪਊਗੀ ਸੋ ਵੀਡੀਓਜ਼ ਨੂੰ ਵੀ ਨਾਲ-ਨਾਲ ਤੁਸੀਂ ਰੈਫਰ ਕਰੋ ਓਕੇ ਸੋ ਵਾਪਸ ਆਨੇ ਆਵਰੇ ਹੁਣ ਆਪਣੇ ਕੋਲ ਨਾਰਥ ਹੋ ਗਿਆ ਵੈਸਟ ਹੋ ਗਿਆ ਠੀਕ ਹੈ ਤਾਂ ਜਿਹੜਾ ਪੰਜਾਬ ਹੈ ਉਹ ਆਪਣੇ ਕੋਲ ਕਿੱਥੇ ਲਾਈ ਕਰ ਰਿਹਾ ਨਾਰਥ-ਵੈਸਟ ਦੇ ਵਿੱਚ ਨਾ ਸੋ ਇਹਦਾ ਆਨਸਰ ਕੀ ਆਊਗਾ ਡੀ ਨੈਕਸਟ ਦ ਇੰਟਰਨੈਸ਼ਨਲ ਬਾਰਡਰ ਬੀਟਵੀਨ ਇੰਡੀਆ ਐਂਡ ਪਾਕਿਸਤਾਨ ਅਲੋਂਗ ਪੰਜਾਬ ਉਹਨੂੰ ਕਿਹੜੀ ਲਾਈਨ ਬੋਲਦੇ ਆ ਜਿਵੇਂ ਕਿ ਆਪਣਾ ਇੰਡੀਆ ਇਧਰ ਆਪਣਾ ਹੋ ਗਿਆ ਪਾਕਿਸਤਾਨ ਆ ਲਾਈਨ ਨੂੰ ਕੀ ਬੋਲਦੇ ਆ ਲਾਈਨ ਨੂੰ ਬੋਲਦੇ ਆ ਡੀ that is ਰੈਡਕਲਿਫ ਲਾਈਨ ਆਪਾਂ ਇਹ ਪੂਰਾ ਡਿਸਕਸ ਕੀਤਾ ਸੀ ਸੈਕਿੰਡ ਪਾਰਟ ਤੁਸੀਂ ਉਹ ਦੇਖ ਲਿਓ ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦੂੰਗੀ ਪੰਜਾਬ ਦੇ ਨੈਸ਼ਨਲ ਬਾਉਂਡਰੀ ਕਿੰਨੀ ਸਟੇਟਸ ਨਾਲ ਹੈ ਨੈਸ਼ਨਲ ਮਤਲਬ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਪੰਜਾਬ ਇੰਡੀਆ ਦੇ ਵਿੱਚ ਹੈ ਤਾਂ ਇੰਡੀਆ ਵਿੱਚ ਪੰਜਾਬ ਕਿੰਨੀ ਸਟੇਟਸ ਨਾਲ ਟੱਚ ਹੁੰਦੀ ਹੈ ਉਹਦੀ ਬਾਉਂਡਰੀ ਪੰਜਾਬ ਦੀ ਤਾਂ ਦੇਖੋ ਆ ਮੈਂ ਆਪਦੇ ਵਿੱਚ ਕਿ ਜਿਹੜਾ ਪੰਜਾਬ ਹੈ ਆਪਣੇ ਕੋਲ ਫਸਟ ਹੋ ਗਈ ਜੰਮੂ ਕਸ਼ਮੀਰ ਸੈਕਿੰਡ ਹੋ ਗਿਆ ਰਾਜਸਥਾਨ 3rd ਹੋ ਗਿਆ ਹਰਿਆਣਾ ਤੇ 4th ਹੋ ਗਿਆ ਆਪਣਾ ਹਿਮਾਚਲ ਸੋ ਕਿੰਨੀਆਂ ਸਟੇਟਸ ਆ 4 ਓਕੇ ਸੋ ਅਨਸਰ ਇਜ਼ ਬੀ ਨੈਕਸਟ ਪੁੱਛਿਆ ਹੋਇਆ ਕਿ ਸਟੇਟਸ ਦੇ ਨੇਮ ਦੱਸੋ ਇਹ ਮੈਂ ਤੁਹਾਨੂੰ ਆਲਰੇਡੀ ਮੈਪ ਸ਼ੋ ਕਰਤਾ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਐਂਡ ਰਾਜਸਥਾਨ ਹੁਣ ਇੱਕ ਹੋਰ ਗੱਲ ਦੇਖੋ ਵੀਰੇ ਇੰਟਰਸਟਿੰਗ ਗੱਲ ਆ ਵੈਸੇ ਆ ਸਕਦਾ ਹੈ ਪੇਪਰ ਚ ਕੁਐਸਚਨ ਕਿ ਹਰਿਆਣਾ ਸੌਰੀ ਕਿ ਐਸੀ ਕਿਹੜੀ ਕਿਹੜਾ ਸਟੇਟ ਹੈ ਕਿਹੜੀ ਸਟੇਟ ਹੈ ਜਿਹਦੇ ਨਾਲ ਪੰਜਾਬ ਦੀ ਮੈਕਸਿਮਮ ਡਿਸਟ੍ਰਿਕਟਸ ਟੱਚ ਹੁੰਦੀਆਂ ਦੇਖੋ ਅਗਰ ਆਪਾਂ ਹਰਿਆਣਾ ਦੀ ਗੱਲ ਕਰੀਏ ਹਰਿਆਣਾ ਦੇ ਨਾਲ ਹੁੰਦੀਆਂ 6 ਕਿਹੜੀ ਕਿਹੜੀ ਹੋਗੀ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਓਕੇ ਪਟਿਆਲਾ ਹੋਗੀ ਤੇ ਐਸਐਸ ਨਗਰ ਸੋ ਟੋਟਲ ਕਿੰਨੀ ਹੋ ਗਿਆ 6 ਅਗਰ ਹਿਮਾਚਲ ਨਾਲ ਗੱਲ ਕਰੀਏ ਹਿਮਾਚਲ ਨਾਲ ਆਣੀਆਂ ਟੋਟਲ ਆਪਣੇ ਕੋਲ 5 ਕਿਹੜੀ ਕਿਹੜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਐਂਡ ਐਸਐਸ ਨਗਰ ਔਰ ਮੋਹਾਲੀ ਓਕੇ ਅਗਰ ਜੰਮੂ ਕਸ਼ਮੀਰ ਨਾਲ ਗੱਲ ਕਰੀਏ ਜੰਮੂ ਕਸ਼ਮੀਰ ਨਾਲ ਲਕਲੋਤੀ ਹੈ ਕਿਹੜੀ ਪਠਾਨਕੋਟ ਤੇ ਇੱਕ ਹੋਰ ਗੱਲ ਯਾਦ ਰੱਖਣੀ ਹੈ ਪੇਪਰ ਚ ਕੁਐਸਚਨ ਆਇਆ ਹੋਇਆ ਹੈ ਕਿ ਪਠਾਨਕੋਟ ਦੇ ਵਿੱਚ ਕਿਹੜੀ ਲੈਂਗੁਏਜ ਬੋਲੀ ਜਾਂਦੀ ਹੈ ਪਠਾਨਕੋਟ ਚ ਬੋਲਦੇ ਹਨ ਡੋਗਰੀ ਲੈਂਗੁਏਜ ਡੀਓਜੀ ਆਰਆਈ ਡੋਗਰੀ ਇਹਨੂੰ ਆ ਵੀ ਯਾਦ ਰੱਖ ਲਿਓ ਡੋਗਰੀ ਜਿਹੜੀ ਲੈਂਗੁਏਜ ਹੈ ਜੰਮੂ ਕਸ਼ਮੀਰ ਦੀ ਹੈ ਤੇ ਜੰਮੂ ਕਸ਼ਮੀਰੀ ਟੱਚ ਹੁੰਦਾ ਹੈ ਪਠਾਨਕੋਟ ਦੇ ਨਾਲ ਤਾਂ ਪਠਾਨਕੋਟ ਚ ਕਿਹੜੀ ਲੈਂਗੁਏਜ ਬੋਲਦੇ ਹਨ ਡੋਗਰੀ ਓਕੇ नैक्सट बचे राजस्थान राजस्थान चेहरी केड़ी, केड़ी है फाजिलका मुखसर ओके सो अपने को मैक्सीम डिस्ट्रिक्स स्टेट टच हों हरियाणा और तो उस अपनी हिमाचल के तो बाद राजस्थान ते आ, सब तो घट हों जम्मू कश्मीर ओके okay. so, सो यर क्वेश्चन तैयार हो गया ना थोड़ा एक में डबल मुनाफा उस हाब है सो so, ਨੈਕਸਟ ਦੇਖਦੇ ਹਾਂ ਹੁਣ ਉਹਨੇ ਪੁੱਛਿਆ ਲੈਟੀਟਿਊਡਨਲ ਐਕਸਟੈਂਡ ਕਿੰਨਾ ਹੈ ਇੱਕ ਗੱਲ ਯਾਦ ਰੱਖੋ ਬਹੁਤ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੋਊਗੀ ਤੁਸੀਂ ਲੌਂਗੀਟਿਊਡ ਲੈਟੀਟਿਊਡ ਬਾਰੇ ਆਲਰੇਡੀ ਪੜਿਆ ਹੋਊਗਾ ਜੀਓਗ੍ਰਾਫੀ ਦੇ ਵਿੱਚ ਦੇਖੋ ਜਿਹੜਾ ਲੈਟੀਟਿਊਡ ਹੁੰਦਾ ਹੈ ਲੈਟੀਟਿਊਡ ਯਾਦ ਰੱਖੋ ਹਮੇਸ਼ਾ ਵਰਟੀਕਲ ਹੁੰਦਾ ਹੈ ਤੇ ਲੌਂਗੀਟਿਊਡ ਹੁੰਦਾ ਹੈ ਹਾਰੀਜ਼ਨਟਲ ਇਹਨੂੰ ਯਾਦ ਰੱਖਣ ਦਾ ਢੰਗ ਹੈ ਲੌਂਗੀ ਮਤਲਬ ਲੌਂਗ ਵਰਟੀਕਲ ਲੱਗੂਗਾ ਆਪਾਂ ਨੂੰ ਹਨਾ

ਲੈਟੀਟਿਊਡਲ ਲੌਂਗੀਟਿਊਡਲ ਹੋ ਗਿਆ ਐਵੇਂ ਹਰੀਜ਼ਨਟਲ ਵਾਲਾ ਓਕੇ ਸਾਨੂੰ ਡਰਾ ਕਰੀਏ ਦੇਖੋ ਜਿਵੇਂ ਜਿਵੇਂ ਮੈਂ ਡਰਾ ਕਰ ਰਹੀ ਹਾਂ ਨਾ ਐਵੇਂ ਮਤੁਸੇ ਵੀ ਇੱਕ ਪੰਜਾਬ ਦਾ ਮੈਪ ਲੈ ਲਓ ਠੀਕ ਹੈ ਉਹਨੂੰ ਫੋਟੋਸਟੇਟ ਕਰਕੇ ਉਹਦੇ ਵੀ ਉੱਪਰ ਡਰਾ ਕਰ ਲਓ ਐਵੇਂ ਬਹੁਤ ਈਜ਼ੀ ਰਹਿੰਦਾ ਹੈ ਤੇ ਇੱਥੇ ਕਿੰਨਾ ਆ ਗਿਆ ਆਪਣੇ ਕੋਲ 73 55 ਤੋਂ ਲੈ ਕੇ ਇੱਧਰ ਆ ਗਿਆ 76 50 76 ਡਿਗਰੀ 50 ইস্ট ਇੱਥੇ ਵੀ ਨਾਲ ইস্ট ਆਊਗਾ ওকে ਇੱਕ ਹੋਰ ਗੱਲ ਯਾਦ ਰੱਖੋ ਜਿਹੜਾ ਆਪਣੇ ਕੋਲ पीसीएस ਦਾ ਇਗਜ਼ਾਮ ਹੈ ਸਪੈਸ਼ਲੀ ਜਾਂ ਪੀਪੀਐਸਸੀ ਜਿਹੜ ਨੇ ਵੀ ਇਗਜ਼ਾਮ ਲਾਂਦਾ ਹੈ ਉਹਦੇ ਵਿੱਚ ਇੱਕ ਕੁਐਸਚਨ ਹੈ ਬਹੁਤ ਪੁੱਛਦੇ ਆ ਕਿ ਜਿਹੜੀ ਪੰਜਾਬ ਦੀ ਡਿਸਟ੍ਰਿਕਟਸ ਹੈ ਉਹਨੂੰ ਨਾਉਟ టు ਸਾਊਥ ਲਗਾਓ ਉਹਨੂੰ ਸਾਊਥ టు ਨਾਰਥ ਲਗਾਓ ইস্ট టు ਵੈਸਟ ਲਗਾਓ ਜਾਂ ਵੈਸਟ టు ইস্ট ਸੋ ਮੈਪ ਨੂੰ ਡੇਲੀ ਦੇਖਿਆ ਕਰੋ 2-3 ਵਾਰ ਦਿਨ ਚ ਤਾਂ ਕਿ ਯਾਦ ਹੋ ਜੇ ਤੁਹਾਨੂੰ ਇੱਕ ਇੱਕ ਡਿਸਟ੍ਰਿਕਟ ਦੀ ਲੋਕੇਸ਼ਨ ਵੀ ਯਾਦ ਹੋਣੀ ਚਾਹੀਦੀ ਹੈ ਓਕੇ ਸੋ ਨੈਕਸਟ ਕੁਐਸਚਨ ਦੇਖਦੇ ਆ ਨੈਕਸਟ ਕੁਐਸਚਨ ਹੈ ਕਿ ਏਰੀਆ ਜਿਹੜਾ ਪੰਜਾਬ ਦਾ ਕਿੰਨਾ ਹੈ ਤਾਂ ਪੰਜਾਬ ਦਾ ਏਰੀਆ ਆਪਣੇ ਕੋਲ 50362 ਕਿਲੋਮੀਟਰ ਸਕੁਆਇਰ ਓਕੇ ਨੈਕਸਟ ਏਰੀਆ ਆਫ ਪੰਜਾਬ ਕਿੰਨਾ ਹੈ ਏਰੀਆ ਆਫ ਇੰਡੀਆ ਦਾ ਅਗਰ ਮੈਂ ਇਹਨੂੰ ਲੈ ਲਾਂ ਇੰਡੀਆ ਤਾਂ ਜਿਹੜਾ ਪੰਜਾਬ ਹੈ ਉਹਦਾ ਏਰੀਆ ਇੰਡੀਆ ਦੇ ਏਰੀਆ ਦੇ ਕਿੰਨੇ ਪਰਸੈਂਟ ਹੈ ਇਹ ਹੈਗਾ A that is 1.54%. ਨੈਕਸਟ ਰੈਂਕ ਆਫ ਪੰਜਾਬ ਇਨ ਇੰਡੀਆ ਏਰੀਆ ਵਾਈਜ਼ ਜਿਹੜੀ ਆਪਣੀ ਪੰਜਾਬ ਸਟੇਟ ਹੈ ਉਹਦਾ ਰੈਂਕ ਅਗਰ ਆਪਾਂ ਸਾਰੀ ਸਟੇਟਸ ਨੂੰ ਲਗਾ ਦਈਏ ਤਾਂ ਏਰੀਆ ਵਾਈਜ਼ ਉਹਦਾ ਰੈਂਕ ਕਿੰਨਾ ਹੋਊਗਾ ਉਹਦਾ ਰੈਂਕ ਹੈਗਾ D that is 20. ਓਕੇ ਨੈਕਸਟ ਲਾਰਜੈਸਟ ਡਿਸਟ੍ਰਿਕਟ ਆਫ ਪੰਜਾਬ ਏਰੀਆ ਵਾਈਜ਼ ਕਿਹੜੀ ਹੈ ਲਾਰਜੈਸਟ ਡਿਸਟ੍ਰਿਕਟ A that is ਲੁਧਿਆਣਾ। ਉਹ ਤੋਂ ਬਾਅਦ স্মੋਲੇਸਟ ਡਿਸਟ੍ਰਿਕਟ ਕਿਹੜੀ ਆਪਣੀ B that is SAS ਨਗਰ ਓਕੇ okay. ਨੈਕਸਟ ਦੇਖੋ ਤੁਸੀਂ ਇੱਕ ਗੱਲ ਨੋਟ ਕੀਤੀ ਹੋਗੀ ਮੈਂ ਕੁਐਸਚਨਸ ਨੂੰ ਨਾ ਬੜੇ ਟੰਗ ਦੇ ਨਾਲ ਰੇਂਜ ਕੀਤਾ ਹੋਇਆ ਤਾਂ ਕਿ ਤੁਹਾਨੂੰ ਯਾਦ ਹੋ ਵਜਨ ਚੀਜ਼ਾਂ ਓਕੇ ਕਿਉਂਕਿ ਅਗਰ ਆਪਾਂ ਐਵੇਂ ਕਰੀਏ ਨਾ ਮਿਕਸਡ ਕੁਐਸਚਨ ਕਰੀਏ ਕਿ ਕੁਝ ਆਪਾਂ ਹਿਸਟਰੀ ਦੇ ਘਾਲੇ ਕੁਝ ਆਪਾਂ ਨੇ ਕਲਚਰ ਦੇ ਘਾਲੇ ਉਹ ਸਭ ਮਿਕਸ ਅਪ ਹੋ ਜਾਂਦਾ ਯਾਦ ਨਹੀਂ ਰਹਿੰਦਾ ਬਟ ਐਵੇਂ ਸੀਰੀਜ਼ ਚ ਕੀਤਾ ਹੋਵੇ ਤਾਂ ਆਪਾਂ ਨੂੰ ਯਾਦ ਹੁੰਦਾ ਆਪਣੇ ਮਾਈਂਡ ਚ ਸਟੋਰੀ ਬਣ ਜਾਂਦੀ ਹੈ ਮੂਵੀਜ਼ ਵਾਂਗ ਯਾਦ ਰਹਿੰਦੀਆਂ ਬਿਕਾਜ਼ ਸਟੋਰੀ ਬਣ ਜਾਂਦੀ ਹੈ ਸੋ ਇਹ ਕੁਐਸਚਨ ਨੂੰ ਮੂਵੀ ਦੀ ਤਰ੍ਹਾਂ ਇਮੇਜਿਨ ਕਰਕੇ ਕਰੋ ਜਲਦੀ ਯਾਦ ਹੋ ਜਾਣਗੇ ਓਕੇ ਸੋ ਨੈਕਸਟ ਦੇਖਦੇ ਹਾਂ ਕੀ ਪਰਸੈਂਟੇਜ ਆਫ ਕਿ ਕਿੰਨਾ ਪੰਜਾਬ ਦਾ ਦੇਖੋ ਪੰਜਾਬ ਦਾ ਜਿਹੜਾ ਏਰੀਆ ਹੈ ਉਹਦਾ ਇਸਾ ਕਿੰਨਾ ਪਰਸੈਂਟ ਏਰੀਆ ਜੋ ਫੋਰੈਸਟ ਦੇ ਅੰਦਰ ਹੈ ਇਹਦਾ ਅਨਸਰ ਆਊਗਾ ਏ that is 6.87% ओके ਸੋ ਅਗਰ ਆਪਾਂ ਪੰਜਾਬ ਦੇ ਡਿਸਟ੍ਰਿਕਟ ਵਾਈਜ਼ ਦੇਖੀਏ ਤਾਂ ਐਸੀ ਕਿਹੜੀ ਡਿਸਟ੍ਰਿਕਟ ਹੈ ਜਿਹਦੇ ਵਿੱਚ ਮੈਕਸਿਮਮ ਫੋਰੈਸਟ ਏਰੀਆ ਹੈ ਤਾਂ ਉਹ ਹੈਗੀ ਆਪਣੀ ਹੁਸ਼ਿਆਰਪੁਰ ਨੈਕਸਟ ਆਉਂਦੀ ਹੈ ਆਪਣੀ ਰੂਪਨਗਰ ਤੇ ਥਰਡ ਆਉਂਦੀ ਆਪਣੀ ਗੁਰਦਾਸਪੁਰ ਇਹਨੂੰ ਐਜ਼ ਇਟ ਇਜ਼ ਯਾਦ ਰੱਖ ਲਿਓ ओके ਉਹ ਤੋਂ ਬਾਅਦ ਹੁਣ ਆਪਾਂ ਕੁਝ ਕੁਐਸ਼ਨਸ ਕਰਦੇ ਆਂ ਦੇਖੋ ਸਟੇਟ ਬਰਡ ਜਿਹੜਾ ਪੰਜਾਬ ਦਾ ਸਟੇਟ ਬਰਡ ਹੈ ਉਹਦੇ ਆਪਾਂ ਨੇ ਵਿੱਚ ਤਿੰਨ ਚੀਜ਼ਾਂ ਯਾਦ ਰੱਖਣੀਆਂ ਪਹਿਲਾ ਕੀ ਉਹਦਾ ਕਾਮਨ ਨੇਮ ਕੀ ਹੈ ਦੂਸਰਾ ਰੱਖਾਂਗੇ ਆਪ ਲੋਕਲ ਨੇਮ ਕੀ ਹੈ ਤੇ ਤੀਸਰਾ ਰੱਖਾਂਗੇ ਜ਼ੂਲੋਜੀਕਲ ਨੇਮ ਕਿਹੜਾ ਹੈ ਸੋ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਸਟੇਟ ਬਰਡ ਓਕੇ ਤਾਂ ਇਹਨੂੰ ਕੀ ਬੋਲਦੇ ਆਂ ਲੋਕਲੀ ਬਾਜ਼ ਬੋਲਦੇ ਆਂ ਨਾ ਤਾਂ ਲੋਕਲ ਨੇਮ ਕੀ ਆਇਆ ਦਾ ਬਾਜ਼ ਉਹ ਤੋਂ ਬਾਅਦ ਕਾਮਨ ਨੇਮ कॉमन नेम एक दो एग्जाम याद रखना नॉर्दर्न एन ओ आर टी एच ई आर एंड नॉर्दर्न गोशवैक जी ओ एस एच ए डबल्यू के ओके जूलॉजिकल नेम या साइंटिफिक नेम बोल सकते हो इनू की बोलते हैं एससी पीटर जेंटिल्स ये याद रखना एससी पी आई टी ईआर एससी पीटर जी ई एन T I L E S ओके okay. नेक्स्ट स्टेट एनिमल ਹੁਣ ਸਟੇਟ ਐਨੀਮਲ ਦਾ ਸਭ ਤੋਂ ਪਹਿਲਾਂ ਦੇਖਦੇ ਆ ਕਾਮਨ ਨੇਮ ਕਾਮਨ ਨੇਮ ਕੀ ਬੋਲਦੇ ਆ ਇਹਨੂੰ ਬਲੈਕਬੱਕ ਬਹੁਤ ਚਰਚਾ ਚ ਸੀ ਨਾ ਬਲੈਕਬੱਕ ਅੱ ਤੋਂ ਬਾਅਦ ਲੋਕਲ ਨੇਮ ਕੀ ਬੋਲਦੇ ਆ ਇਹਨੂੰ ਕਾਲਾ ਹਿਰਨ ਇਹਦੇ ਬਾਰੇ ਆਪਾਂ ਡਿਸਕਸ ਵੀ ਕੀਤਾ ਸੀ এনवायरमेंट ਦੀ ਸੀਰੀਜ਼ ਦੇ ਵਿੱਚ ਆਈ ਹੋਪ ਤੁਹਾਨੂੰ ਯਾਦ ਹੋਊਗਾ ਨੈਕਸਟ ਹੈ ਜ਼ੂਲੋਜੀਕਲ ਨੇਮ ਜ਼ੂਲੋਜੀਕਲ ਨੇਮ ਕੀ ਹੁੰਦਾ ਹੈ ਦਾ एंटीलोप ए एन टी आई एंटी एल ओ पी ई एंटीलोप करवी कैपरा सी ई आर वीआई सी ए पी आर ई ओके सो नैक्सट देखते अपना स्टेट ट्री पंजाब का स्टेट ट्री की है सब तो पहला गल करिए कॉमन नेम की कॉमन नेम की है शीशम तो उस लोकल नेम इंपोर्टेंट है कई एग्जाम्स पूछा गया है लोकल नेम की हैदा टाली टी ए एच एल आई ओके नेक्स्ट जोलॉजिकल नेम डेलबरजिया सीसो डी ए एल बी ई आर जी आई ए डेलबरजिया एस आई डबल एस डबलो सीसो ओके सो ਨੈਕਸਟ ਆਜੋ ਸਟੇਟ ਲੈਂਗੁਏਜ ਕਿਹੜੀ ਆ ਪੰਜਾਬ ਦੀ ਸਭ ਨੂੰ ਪਤਾ ਹੋਊਗਾ ਪੰਜਾਬੀ ਓਕੇ ਉਹ ਤੋਂ ਬਾਅਦ ਪੰਜਾਬੀ ਨੂੰ ਆਫੀਸ਼ੀਅਲ ਲੈਂਗੁਏਜ ਕਦੋਂ ਡਿਕਲੇਅਰ ਕੀਤਾ ਗਿਆ ਸੀ ਇੱਕ ਐਕਟ ਪਾਸ ਕੀਤਾ ਗਿਆ ਸੀ ਪੰਜਾਬੀ ਨੂੰ ਆਫੀਸ਼ੀਅਲ ਬਣਾਉਣ ਦੇ ਲਈ ਤਾਂ ਕਦੋਂ ਡਿਕਲੇਅਰ ਕੀਤਾ ਗਿਆ ਸੀ ਏ 댓 ਇਜ਼ 1966 ਦੇ ਵਿੱਚ ਉਹ ਤੋਂ ਬਾਅਦ ਯੂਜ਼ ਆਫ ਪੰਜਾਬੀ ਮੇਡ ਕੰਪਲਸਰੀ ਕਦੋਂ ਕੀਤਾ ਗਿਆ ਏ 댓 ਇਜ਼ 1992 ਇਹ ਦੋਨੋਂ ਕੁਐਸ਼ਨਸ ਚ ਫਰਕ ਹੈ ਪਹਿਲੇ ਚ ਪੁੱਛਿਆ ਗਿਆ ਹੈ ਕਿ ਜਿਹੜਾ ਪੰਜਾਬੀ ਆ ਉਹਨੂੰ ਆਫੀਸ਼ੀਅਲ ਲੈਂਗੁਏਜ ਕਦੋਂ ਮੰਨਿਆ ਗਿਆ ਦੂਸਰੇ ਚ ਪੁੱਛਿਆ ਗਿਆ ਕਿ ਯੂਜ਼ ਆਫ ਪੰਜਾਬੀ ਮੇਡ ਕੰਪਲਸਰੀ ਓਕੇ ਨੈਕਸਟ ਕੁਐਸਚਨ ਹੈ ਐਵਰੇਜ ਐਲੀਵੇਸ਼ਨ ਕਿੰਨੀ ਆ ਪੰਜਾਬ ਦੀ ਇਹਨੂੰ ਐਜ਼ ਆ ਫੈਕਟ ਯਾਦ ਰੱਖ ਲਿਓ ਇਹਦਾ ਅਨਸਰ ਆਊਗਾ A दैट इज 300 ਮੀਟਰਸ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅੱਜ ਆਪਾਂ ਸਾਰਾ ਬੇਸਿਕ ਬੇਸਿਕ ਚੀਜ਼ਾਂ ਪੜਿਆ ਪੰਜਾਬ ਬਾਰੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਐਡਮਿਨਿਸਟ੍ਰੇਟਿਵ ਬਲਾਕਸ ਵਗੈਰਾ ਪੜਾਂਗੇ ਕਿ ਡਿਸਟ੍ਰਿਕਟਸ ਕਿੰਨੀਆਂ ਨੇ ਅਤੋਂ ਬਾਅਦ ਬਲਾਕਸ ਤਹਿਸੀਲਸ ਵਿਲੇजेस ਉਹ ਸਭ ਚੀਜ਼ਾਂ ਪੜਾਂਗੇ ਉਹ ਤੋਂ ਬਾਅਦ ਆਪਾਂ ਦੇਖਾਂਗੇ ਅਗਰ ਟਾਈਮ ਅਗਰ ਜ਼ਿਆਦਾ ਵੀਡੀਓ ਲੰਬੀ ਨਾ ਬੰਦੀ ਹੋਈ ਉਹਦੇ ਵਿੱਚ ਮੈਂ ਤੁਹਾਨੂੰ ਪੰਜਾਬ ਦਾ ਸੈਂਸਸ ਕਰਵਾਉਣ ਦੀ ਕੋਸ਼ਿਸ਼ ਕਰੂੰਗੀ ਬਿਕਾਜ਼ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਪੀਪੀਐਸਸੀ ਵਾਲੀ ਵੀਡੀਓ ਬਣਾਈ ਸੀ ਕਿ ਕਿਹੜੇ-ਕਿਹੜੇ ਟੌਪਿਕਸ ਇੰਪੋਰਟੈਂਟ ਹੈ ਪੰਜਾਬ ਦੇ ਸੈਂਸਸ ਦੇ ਉੱਪਰ ਤੇ ਇੰਡੀਆ ਦੇ ਸੈਂਸਸ ਉੱਪਰ ਬਹੁਤ ਕੁਐਸਚਨਸ ਆਉਂਦੇ ਆ ਹੁਣ ਆਪਣੀ ਪੰਜਾਬ ਦੀ ਸੀਰੀਜ਼ ਚੱਲ ਰਹੀ ਹੈ ਤਾਂ ਆਪਾਂ ਪੰਜਾਬ ਦਾ ਸੈਂਸਸ ਕਰਾਂਗੇ ओके ਉਹਦੇ ਵਿੱਚ ਬੇਸਿਕਲੀ ਕੀ ਹੈ ਕਿ ਪਾਪੂਲੇਸ਼ਨ ਕਿੰਨੀ ਹੈ ਮੇਲ ਪਾਪੂਲੇਸ਼ਨ ਕਿੰਨੀ ਹੈ ਫੀਮੇਲ ਕਿੰਨੀ ਹੈ ਓਕੇ ਉਹ ਸਭ ਗੱਲਾਂ ਐਸੀ ਕਿਹੜੀ ਡਿਸਟ੍ਰਿਕਟ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ ਅਸੀਂ ਕਿਹੜੀ ਜਿਹਦੇ ਵਿੱਚ ਘਟ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਲਿਟਰੇਸੀ ਰੇਟ ਵਗੈਰਾ ਉਹ ਸਭ ਚੀਜ਼ਾਂ ਦੇਖਾਂਗੇ ਸੋ ਅੱਜ ਦੀ ਵੀਡੀਓ ਨੇ ਇੱਥੇ ਖਤਮ ਕਰਦੇ ਹਾਂ ਅਗਰ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ ਲਈ ਹੋਰ ਵੀਡੀਓਜ਼ ਲੈ ਕੇ ਆਵਾਂ ਤਾਂ ਮੇਰੀ ਵੀਡੀਓਜ਼ ਨੂੰ ਲਾਈਕ ਕਰੋ ਕਮੈਂਟਸ ਕਰੋਗਾ ਤੁਹਾਨੂੰ ਮੇਰੀ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਸਬਸਕ੍ਰਾਈਬ ਕਰੋ ਚੈਨਲ ਨੂੰ ओके ਤੇ ਵੀਡੀਓਜ਼ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਤੁਸੀਂ ਮੇਰੀ ਵੀਡੀਓਜ਼ ਪਹੁੰਚਾਓ ਸੋ ਅੱਜ ਲਈ ਇੰਨਾ ਹੀ थैंक यू so much ਮਿਲਦੇ ਆ नेक्स्ट ਵੀਡੀਓ ਦੇ ਵਿੱਚ